ਸਸਿਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਅਗਲੀ ਪੰਜਾਬੀ ਦੀ ਵੀਡੀਓ ਜਿਹੜੀ ਆਪਾਂ ਉਹ ਕਰਨ ਜਾ ਰਹੇ ਆਂ ਅੱਜ ਆਪਾਂ ਕਰਾਂਗੇ ਮੁਹਾਰਨੀ ਮੁਹਾਰਨੀ ਤੋਂ ਭਾਵ ਆ ਲਗਾ ਮਾਤਰਾਵਾਂ ਜਿਹੜੀਆਂ ਹੈਗੀਆਂ ਉਹ ਲੱਗਦੀਆਂ ਜਦੋਂ ਕਿਸੇ ਅੱਖਰ ਦੇ ਨਾਲ ਕਿਸੇ ਸ਼ਬਦ ਦੇ ਵਿੱਚ ਲਗਾ ਮਾਤਰਾ ਜਿਹੜੀ ਆਉਂਦੀ ਆ ਉਹਦੀ ਆਵਾਜ਼ ਕੀ ਹੁੰਦੀ ਹੈ ਜ਼ਿਆਦਾਤਰ ਪੰਜਾਬੀ ਦੇ ਵਿੱਚ ਨੌਕਸ ਇਸੇ ਕਰਕੇ ਬੰਦਾ ਵੀ ਸਾਨੂੰ ਮੁਹਾਰਨੀ ਦਾ ਨਹੀਂ ਪਤਾ ਹੁੰਦਾ ਵੀ ਸਿਹਾਰੀ ਦੀ ਆਵਾਜ਼ ਕੀ ਆ ਬਿਹਾਰੀ ਦੀ ਕੀ ਆ ਔਂਕੜ ਦੀ ਕੀ ਆ ਤੇ ਲਿੰਕੜ ਦੀ ਕੀ ਆ ਲਾਮ ਦੀ ਕੀ ਆ ਤੇ ਲਾਮ ਦੀ ਕੀ ਆ ਜਿਵੇਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਅੱਖਰ ਦੀ ਆਵਾਜ਼ ਦੱਸੀ ਸੀ ਜਿਵੇਂ ਸਾਰੇ ਅੱਖਰਾਂ ਦੀ ਆਵਾਜ਼ ਜਿਵੇਂ ਮੇਰੀ ਆਵਾਜ਼ ਆ ਇਸੇ ਤਰ੍ਹਾਂ ਅੱਖਰਾਂ ਦੀ ਆਪਦੀ ਆਪਦੀ ਆਵਾਜ਼ ਆ ਆੜੇ ਦੀ ਅ ਦੀ ਆਵਾਜ਼ ਆ ਈੜੀ ਚੋਂ ਈ ਦੀ ਆਉਂਦੀ ਆ ਸਸੇ ਚੋਂ ਸ ਦੀ ਆਉਂਦੀ ਆ ਉਹਨਾਂ ਨੂੰ ਆਪਾਂ ਮੁਕਤਾ ਅੱਖਰ ਕਹਿੰਦੇ ਆ ਜਦੋਂ ਉਹਨਾਂ ਦੇ ਨਾਲ ਕੋਈ ਵੀ ਜਿਹੜੀ ਲਗਾ ਮਾਤਰਾ ਨਹੀਂ ਲੱਗੀ ਹੁੰਦੀ ਮੁਕਤਾ ਜਿਹੜੇ ਹੈਗੇ ਆ ਹੁੰਦੇ ਆ ਉਹ ਮੁਕਤ ਹੁੰਦੇ ਆ ਕਹਿਣ ਦਾ ਭਾਵ ਕਿਸੇ ਵੀ ਲਗਾ ਮਾਤਰਾ ਤੋਂ ਉਹ ਮੁਕਤਾ ਅੱਖਰਾਂ ਤੋਂ ਫਿਰ ਸ਼ਬਦ ਬਣਾਉਣ ਵਾਲੀ ਪ੍ਰਕਿਰਿਆ ਆਪਾਂ ਅਗਲੀ ਵੀਡੀਓ 'ਚ ਕਰਾਂਗੇ ਹੁਣ ਅੱਜ ਕਰਦੇ ਆ ਮਹਾਰਨੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਊੜਾ ੜਾ ਜਿਹੜਾ ਹੈਗਾ ਹਰ ਰੋਜ਼ ਇਹਦਾ ਪਾਠ ਕਰਨ ਵਾਲੀ ਹੈਗੀ ਆ ਜਿਹੜੀ ਗੱਲ ਆ ਕਿ ਹਰ ਰੋਜ਼ ਬੱਚਾ ਇਹਨਾਂ ਨੂੰ ਪੜ੍ਹੇ ਪੰਜਾਬੀ ਜੇਕਰ ਉਹਨਾਂ ਨੇ ਸਿੱਖਣੀ ਆ ਉਹਦੀ ਆਵਾਜ਼ ਕੀ ਆ ਉਹ ਵੀ ਜ਼ਰੂਰ ਤੇ ਜਿਹੜੀ ਅੱਜ ਮਹਾਰਨੀ ਕਰਾ ਰਹੇ ਆ ਆਪਾਂ ਇਹ ਵੀ ਹਰ ਰੋਜ਼ ਬੱਚਾ ਜਿਹੜਾ ਹੈਗਾ ਇਹਦੀ ਪ੍ਰੈਕਟਿਸ ਕਰੇ ਤਾਂ ਕਿ ਉਹਨੂੰ ਸਹੀ ਤਰੀਕੇ ਦੇ ਨਾਲ ਮਹਾਰਨੀਆਂ ਜਿਹੜੀ ਹੈਗੀ ਉਹਨੂੰ ਪਤਾ ਲੱਗ ਜਾਵੇ ਵੀ ਇਹ ਆ ਲਗਾ ਜਿਹੜੀ ਅੱਖਰ ਲੱਗੀ ਆ ਇਤਨਾਲ ਕਿਹੜੀ ਮਾਤਰਾ ਲੱਗੀ ਆ ਉਹਦੀ ਕੀ ਆਵਾਜ਼ ਆ ਇਹ ਤਾਂ ਹੀ ਹੋ ਸਕਦਾ ਜੇ ਮਹਾਰਨੀ ਚੰਗੀ ਤਰ੍ਹਾਂ ਸਾਨੂੰ ਆਉਂਦੀ ਹੋਊਗੀ ਤੇ ਜਿਨ੍ਹਾਂ ਨੇ ਅੱਖਰਾਂ ਦੀ ਸ਼ੁਰੂਆਤ ਕਰਨੀ ਹੈ ਜੇ ਉਹ ਥੱਲੇ ਲਿੰਕ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਊੜੇ ਅੜੇ ਦੇ ਜਿਹੜੇ ਅੱਖਰ ਆ ਉਹਨਾਂ ਦੀਆਂ ਆਵਾਜ਼ਾਂ ਕੀ ਆ ਅੱਜ ਕਰਦੇ ਆ ਮਹਾਰਨੀ ਆਪਾਂ ਸੋ ਇਹਦੀ ਵੀ ਹਰ ਰੋਜ਼ ਆਪਣੇ ਬੱਚਿਆਂ ਨੂੰ ਪ੍ਰੈਕਟਿਸ ਕਰਾਓ ਘਟੋ ਘਟ ਇੱਕ ਨਹੀਂ ਜਾਂ ਦੋ ਵਾਰ ਜਿਸ ਤਰ੍ਹਾਂ ਅੱਖਰਾਂ ਦੀ ਆਵਾਜ਼ ਆਦੀ ਆਪਾਂ ਪ੍ਰੈਕਟਿਸ ਕਰਾਉਨੇ ਆ ਇਸੇ ਤਰ੍ਹਾਂ ਮਹਾਰਨੀ ਦੀ ਪ੍ਰੈਕਟਿਸ ਕਰਾਈ ਗਏ ਆਪਾਂ ਬੱਚਿਆਂ ਨੂੰ ਤਾਂ ਕਿ ਉਹ ਵਧੀਆ ਤਰੀਕੇ ਨਾਲ ਪੰਜਾਬੀ ਜਿਹੜੀ ਸਿੱਖ ਸਕਣ ਸੋ ਇਹ ਸਾਡੀਆਂ ਵੀਡੀਓ ਜਿਹੜੀਆਂ ਹੈਗੀਆਂ ਤੁਹਾਡੇ ਨੂੰ ਕਿਵੇਂ ਲੱਗ ਰਹੀਆਂ ਇਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਿੰਨਾ ਮੇਰੇ ਵੀਰਾਂ ਭੈਣਾਂ ਨੇ ਹਜੇ ਤੱਕ ਆਪਣਾ ਚੈਨਲ ਜਿਹੜਾ ਦਾ ਟੀਚਰਸ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਉਹ ਥੱਲੇ ਜਾ ਕੇ ਸਬਸਕ੍ਰਾਈਬ ਕਰ ਲੋ ਉਹਨੂੰ ਉਹਦੇ ਨਾਲ ਇੱਕ ਘੰਟੀ ਦਾ ਬਟਨ ਜਿਹੜਾ ਹੈਗਾ ਬਣਿਆ ਹੋਇਆ ਉਹਨੂੰ ਵੀ ਨੱਪ ਦਿਓ ਤਾਂ ਕਿ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜਦੋਂ ਵੀ ਵੀਡੀਓ ਨਵੀਂ ਆਪਾਂ ਅਪਲੋਡ ਕਰਦੇ ਆਂ ਤੋ ਚਲੋ ਆਪਾਂ ਸ਼ੁਰੂਆਤ ਕਰਦੇ ਆ ਅੱਜ ਦਾ ਜਿਹੜਾ ਹੈਗੀ ਆ ਮੁਹਾਰਨੀ ਤਾਂ ਮੁਹਾਰਨੀ ਆ ਜਿਹੜੀ ਅੱਖਰਾਂ ਦੇ ਨਾਲ ਜਦੋਂ ਲਗਾ ਮਾਤਰਾ ਲੱਗਦੀਆਂ ਸ਼ੁਰੂ ਕਰਦੇ ਆ ਆ ਸਭ ਤੋਂ ਪਹਿਲਾਂ ਹੈ ਆਪਣੇ ਕੋਲੇ ਆੜਾ ਕੱਲਾ ਜਦੋਂ ਆੜਾ ਹੈਗਾ ਤਾਂ ਇਹਨੂੰ ਪੜਦੇ ਆਪਾਂ ਅ ਕੀ ਪੜਦੇ ਆ ਅ ਤੁਸੀਂ ਸਾਰਿਆਂ ਨੇ ਮੇਰੇ ਮਗਰ ਮਗਰ ਬੋਲਣਾ ਬੱਚਿਓ ਤਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਇਹਨੂੰ ਕਰ ਸਕਿਓ ਅੱਗੇ ਬੋਲਦੇ ਆ ਆ ਬੋਲੋ ਸਾਰੇ आ अगे है जी ई अगे है जी ई बोलो सारे ई अगे है जी उ, अगे है जी ऊ अगे ए अगे है जी ए अगे है ओ अगे है जी ओ अगे टिपी अंग ਆ ਇੱਕ ਕਰੀ ਨੂੰ ਪਾ ਸਾਰੀ ਲਾਈਨ ਨੂੰ ਜਿਹੜਾ ਹੈਗਾ ਪੜਦੇ ਆ ਚਲੋ ਮੇਰੇ ਮਗਰ ਬਕਰ ਬੋਲਾਂਗੇ ਸਾਰੇ ਪੋਲੋ ਅ ਆ ਇ ਈ ਉ ਊ ਐ ਐ ਇਹ ਹੋ ਗਈ ਪਹਿਲੀ ਲਾਈਨ ਅੱਗੇ ਚੱਲਦੇ ਆਪਾਂ ਸੋ ਸਾ ਸੀ ਸੀ ਸੋ

ਇਹ ਓਗੀ ਸੱਸੀ ਦੀ ਮਹਾਰਨੀ ਇਹ ਲਾਈਨ ਨੂੰ ਦੁਆਰਾ ਪੜ੍ਹਦੇ ਆ ਚਲੋ ਮੇਰੇ ਮਗਰੋਂ ਬੋਲੋ ਸ ਸਾ ਸਿ ਸੀ ਸੁ ਸੂ ਸੇ ਸੈ ਸੋ ਸੌ ਸੰ ਸਾ ਅੱਗੇ ਹੈ ਜੀ ਆਪਣੇ ਕੋਲੇ ਹਾਹੇ ਦੀ ਬੋਲੋ ਹ ਹੇ ਹੀ ਹੋ ਓ ਤੇ ਹ ਹੋ ਹੰ ਹਾਂ ਠੀਕ ਹੈ ਜੀ ਚਲੋ ਇਹਨੂੰ ਲਾਈਨ ਨੂੰ ਵੀ ਪੜ੍ਹਦੇ ਆਪਾਂ ਬੋਲੋ ਹਾ ਹੇ ਥੀ ਹੋ ਹੂ ਹੈ ਹੋ हंग हाँ। पहली जी है लाइन अपनी उड़े आड़े की सारी मुहारनी आ एक करी आप सारी पढ़ा मगर मगर बोलो सारे जने हाँ आ ई ਅੰ ਅ ਸ ਸਾ ਸਿ ਸੀ ਸੋ ਸੂ ਸੇ ਸੈ ਸੋ ਸੋ ਸੰ ਸਾ ਅੱਗੇ ਹ ਹਾ ਹੇ ਈ ਊ ਊ ਹੇ ਹੈ ਓ ਹ ਹੰ ਹਾਂ ਇਹਦੀ ਪਹਿਲੀ ਲਾਈਨ ਦੀ ਮਹਾਰਨੀ ਇਹ ਰਿਪੀਟ ਕਰੋ ਘਟੋ ਘਟ ਪੰਜ ਵਾਰ ਹਰ ਰੋਜ਼ ਬੱਚਾ ਜਿਹੜਾ ਹੈਗਾ ਇਹਦੀ ਰਿਵੀਜ਼ਨ ਕਰੇ ਤਾਂ ਇਹ ਮਹਾਰਨੀ ਜਿਹੜੀ ਹੈਗੀ ਆਪਾਂ ਨੂੰ ਇਸ ਤਰ੍ਹਾਂ ਆਪਾਂ ਪੜ ਸਕਦੇ ਆ ਇਹਨੂੰ ਸੋ ਇਹਨੂੰ ਲਿਖਣ ਦਾ ਢੰਗ ਵੀ ਆ ਕਿਹੜੇ ਅੱਖਰ ਦੀ ਜਿਹੜੀ ਮਾਤਰਾ ਉਹਦੇ ਨਾਲ ਲੱਗਦੀ ਆ ਤੇ ਉਹਦੀ ਕੀ ਆਵਾਜ਼ ਬਣਦੀ ਆ ਇਸ ਮਹਾਰਨੀ ਦੇ ਰਾਹੀਂ ਅਸੀਂ ਕਰ ਸਕਦੇ ਆ ਸਾਡੀਆਂ ਵੀਡੀਓ ਜਿਹੜੀਆਂ ਹੈਗੀਆਂ ਤੁਹਾਨੂੰ ਕਿਵੇਂ ਲੱਗ ਰਹੀਆਂ ਨੇ ਇਹਦੇ ਬਾਰੇ ਜਰੂਰ ਦੱਸਿਆ ਕਰੋ ਕੋਈ ਸੁਧਾਰ ਕਰਨ ਦੀ ਲੋੜ ਆ ਉਹ ਵੀ ਕਮੈਂਟ ਕਰਕੇ ਦੱਸਿਆ ਕਰੋ ਕੋਈ ਚੀਜ਼ ਨੈਗੇਟਿਵ ਲੱਗਦੀ ਆ ਤਾਂ ਨੈਗੇਟਿਵ ਬਾਰੇ ਵੀ ਦੱਸਣਾ ਕਿਉਂਕਿ ਅਸੀਂ ਸੁਧਾਰ ਕਰ ਸਕੀਏ ਤੁਹਾਡੇ ਲਈ ਬਹੁਤ ਸਾਰਾ ਪਿਆਰ ਮਿਲ ਰਿਹਾ ਹੈਗਾ ਔਰ ਫਿਰ ਅਖੀਰ ਤੇ ਬੇਨਤੀ ਕਰਦੇ ਆ ਵੀ ਜਿਨ੍ਹਾਂ ਨੇ ਹਾਲੇ ਤੱਕ ਆਪਣਾ ਜਿਹੜਾ ટી ਦਾ ਟੀਚਰਸ ਟੀਵੀ ਚੈਨਲ ਆ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤਾਂ ਕਿ ਜਲਦੀ ਤੋਂ ਜਲਦੀ ਵੀਡੀਓ ਤੁਹਾਨੂੰ ਜਿਹੜੀ ਹੈਗੇ ਮਿਲ ਸਕਣ ਬੱਚੇ ਇਹਨਾਂ ਰਾਹੀਂ ਘਰੇ ਬੈਠੇ ਵੀ ਪ੍ਰੈਕਟਿਸ ਜਿਹੜੀ ਕਰ ਸਕਦੇ ਆ ਆਪਾਂ ਇਹਦੇ ਨਾਲ ਨਾਲ ਪੰਜਾਬੀ ਦੇ ਨਾਲ ਨਾਲ ਜਿਹੜੇ ਨਵੋਦਿਆ ਬਤਿਆ ਲਿਆ ਸੀ ਜਿਹੜੀ ਕਲਾਸਾਂ ਆ ਰਹੀਆਂ ਹੈਗੀਆਂ ਉਹ ਵੀ ਆਪਾਂ ਆਨਲਾਈਨ ਤੁਹਾਨੂੰ ਜਿਹੜਾ ਹੈਗਾ ਉਸ ਜਿਵੇਂ ਤੁਹਾਨੂੰ ਦੱਸਿਆ ਸੀ ਮੈਥ ਦੇ ਆਪਾਂ ਕਲਾਸਾਂ ਸ਼ੁਰੂ ਕਰਾਂਗੇ ਤਾਂ ਉਹ ਵੀ ਨਾਲ ਦੀ ਨਾਲ ਅਸੀਂ ਕਰ ਰਹੇ ਆ ਉਹ ਵੀ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਪਾਇਆ ਕਰਾਂਗੇ ਲਿੰਕ ਤੁਸੀਂ ਉਹਨਾਂ ਰਾਹੀਂ ਵੀ ਪ੍ਰੈਕਟਿਸ ਹੈ ਦੀ ਕਰ ਸਕਦੇ ਆ ਔਰ ਬਹੁਤ ਬਹੁਤ ਵਧੀਆ ਰਿਜ਼ਲਟ ਆ ਜਿਹੜੇ ਉਹਦੀ ਮਿਲ ਰਹੇ ਆ ਸੋ ਇਹ ਕਿਵੇਂ ਲੱਗੀ ਤੁਹਾਨੂੰ ਵੀਡੀਓ ਜਰੂਰ ਦੱਸਣਾ ਧੰਨਵਾਦ ਜੀ